ਬਰਾਤ ਆਉਂਦੀ ਆਪਣੇ ਚੋਲਿਸਤਾਨੇ ਦੀ, ਮਹਿੰਗੀ ਤਰੀਨ ਆਤਿਸ਼ਬਾਜ਼ੀ ਮੈਂ ਤੇਰੀ ਕਰਨ ਦਾ ਪੈਣ, ਠੀਕ ਹੈ ਨਾ? ਤੇ 25,000 ਤੂੰ ਮੇਰੇ ਕੋਲ ਦੇ ਸੀ, ਬਾਕੀ 50,000 ਇਨਸ਼ਾਅੱਲਾ ਮੈਂ ਐਡ ਕਰ ਸਕਦਾ। 25,000 ਯਾਰ ਇਤਨੀ ਮਹਿੰਗੀ ਆਤਿਸ਼ਬਾਜ਼ੀ ਕਹਿ ਨਹੀਂ ਸਕਦੀ, ਇੱਕ ਇੱਕ ਫਟਾਕੇ ਜਿਹੜੇ ਵੱਡਾ ਆਉਂਦੇ ਉਹ 2,500 ਦਾ ਮਿਲਦਾ ਪਿਆ ਜਿਹੜੇ ਉੱਤੇ ਵਹਿੰਦੇ। ਵੈਲਕਮ ਬੈਕ ਵਿਵਰਸ, ਮੈਂ ਘਰ ਵਾਪਸ ਆਇਆ, ਪਾਣੀ ਵਗੈਰਾ ਭਰ ਕੇ ਆਇਆ। ਤਾਂ ਇਹ ਨਾ ਕੱਲ ਅਬੂ ਹੁਣੀ ਸਮਾਨ ਗਿਆ ਤੇ ਦੂ ਪਹਿਲੇ ਮਤਲਬ ਕਿ ਇਹ ਨਾ ਇਹ ਫਾਇਰ ਇਨ ਜਿਹੜਾ ਮਤਲਬ ਕਿ ਉੱਤੇ ਵਹਿੰਦੇ ਆਸਮਾਨ ਦੇ ਉੱਤੇ ਵਹਿੰਦੇ ਅਤੇ ਰਾਤ ਕੋ ਆਤਿਸ਼ਬਾਜ਼ੀ ਥੀਂਦੀ ਹੈ ਅਤੇ ਬਹੁਤ ਖੂਬਸੂਰਤ ਮਾਹੌਲ ਬਣ ਵੈਂਦੇ। ਅਤੇ ਦੂ ਇਹ ਡੰਡੇ ਪਿੰਨ, ਬਾਕੀ ਇਹਦੇ ਵਿੱਚ ਪਤਾ ਨਹੀਂ ਕਿਆ ਸਮਾਨ ਹੈ, ਮੈਂ ਕਹਿ ਦਿੱਤਾ, ਮੈਂ ਕਿਹਾ ਆਪਣੇ ਵਿਵਰਸ ਕੋ ਵੀ ਦਿਖਾਉਂਦਾ। ਵੈਲਕਮ ਬੈਕ ਵਿਵਰਸ, ਇਹ ਆ ਚੁੱਕੇ ਮਾਸ਼ਾਅੱਲਾ ਭਾਈ ਹੁਣੀ ਦਾ ਰੂਮ ਹੈ, ਬਹੁਤ ਖੂਬਸੂਰਤ। ਹਾਲੀ ਤੱਕ ਇਨਕੋ ਸਜਾਇਆ ਵਗੈਰਾ ਕਹਿ ਨਹੀਂ, ਤਾਂ ਇਨਸ਼ਾਅੱਲਾ ਤਾਲਾ ਸਜੇ ਸੂੰ, ਦੋ ਤਰੇ ਦਿਨ ਪਹਿਲੇ ਸਜਾ ਦੇ ਸੂੰ। ਬੜਾ ਤੁਹਾਨੂੰ ਇਨਸ਼ਾਅੱਲਾ ਇਹਦਾ ਮਾਹੌਲ ਫੁੱਲ ਪ੍ਰੋਟੋਕੋਲ ਨਾਲ ਤੁਹਾਨੂੰ ਦੇਖੇ ਸਾਂ ਵੀ ਸੀ, ਆਪਣਾ ਵਲੌਗ ਵੀ ਬਣਿਆ ਸਾਂ। ਤਾਂ ਇਹ ਅੱਬੂ ਹੁਣੀ ਮਾਸ਼ਾਅੱਲਾ ਗਹਿਣੇ ਭਾਈ ਹੁਣੀ ਵਾਸਤੇ। ਇਹ ਕਰਦਾ ਕੀ ਫਿਰਦਾ ਤੂੰ, ਹਾਂ ਨਿਕਲ ਜਾ ਮੇਰੀ ਦੁਕਾਨ ਤੋਂ, ਚੱਲ ਤੰਗ ਕਿਤੇ ਖੜਾ, ਕੀ ਆ ਤੈਨੂੰ, ਤੈਨੂੰ ਕੀ ਹੋ ਗਿਆ ਦੱਸ ਮੈਨੂੰ, ਹਾਂ ਕੁੱਟਾਂ ਤੈਨੂੰ ਮੈਂ, ਹਾਂ ਚੱਲ ਤੂੰ ਥੋੜ੍ਹਾ ਜਾ ਕੇ ਇੱਥੇ ਬੰਨ, ਡੂਡ ਉਬਰਤਾ ਰਹਿਣ, ਚੱਲ ਤੁਹਾਡੇ ਤੂੰ ਦੁਕਾਨ ਖੁੱਲ੍ਹੇ ਨਾ ਯਾਰ, ਮੈਂ ਪਾਣੀ ਭਰੀਆ ਵਾਂ ਅਤੇ ਬਲਾ ਵਾਪਸ ਵੱਲ ਆਉਂਦਾ, ਠੀਕ ਹੈ? ਨਲਕੇ ਘਰ 'ਚ ਲੱਗੇ ਪਏ, ਲੇਕਿਨ ਪਾਣੀ ਵੀ ਵਾਰ ਖਰਾਬ ਥੀ ਚੁੱਕੇ ਨਾ ਇਲਾਕੇ ਦਾ। ਸਾਡੇ ਇਲਾਕੇ ਸ਼ਾਦੀ ਹੈ ਨਾ, ਮਾਲ ਡੰਗਰ ਵਾਪਸ ਗਏ ਸੀ ਹਮਨੇ, ਕਿਉਂਕਿ ਸ਼ਾਦੀ ਦਾ ਫੰਕਸ਼ਨ ਹੈ ਸ਼ਾਮ ਕੋ। ਅਤੇ ਮਾਸ਼ਾਅੱਲਾ ਸਾਰੇ ਗਾਓਂ ਦਾ ਮਾਹੌਲ ਹੈ, ਤੁਸੀਂ ਚੈੱਕ ਕਰੋ, ਛੋਟੇ ਛੋਟੇ ਬਾਲ ਸ਼ਾਦੀ ਵਾਲੀ ਸਾਈਡ ਨਾ ਵੰਨ ਕੇ ਉਹਨਾਂ ਦਾ ਪ੍ਰੋਗਰਾਮ ਵਗੈਰਾ ਦੇ ਦੇ ਵਧੇ, ਠੀਕ ਅਲਹਮਦੁਲਿਲਾ ਸਹੀ, ਤੁਹਾਡੀ ਮੁਹੱਬਤ ਹੈ। ਇਹ ਸਾਡੇ ਗਾਓਂ ਦੇ ਨੰਬਰਦਾਰਾਂ ਦੇ ਘਰ, ਇੱਥੇ ਲਾਈਟਿੰਗ ਵਗੈਰਾ ਲੱਗੀ ਪਈ ਇਹਨਾਂ ਦੇ ਘਰ, ਮਤਲਬ ਕਿ ਸ਼ਾਦੀ ਆ ਸ਼ਾਮ ਕੋ। ਅਤੇ ਇਹ ਰਸਤਾ ਵੀ ਬਣਾਇਆ ਗਿਆ ਸਾਫ਼ ਸੁਥਰਾ ਕੀਤਾ ਗਿਆ, ਅਤੇ ਮਤਲਬ ਕਿ ਸ਼ਾਦੀ ਆ ਸ਼ਾਮ ਕੋ ਚੱਲ ਸਕੇ। ਇਹ ਮਾਸ਼ਾਅੱਲਾ ਸਾਡੇ ਇਲਾਕੇ ਦਾ ਸਕੂਲ ਹੈ, ਅਸੀਂ ਤਾਂ ਕੱਚੀ ਤੋਂ ਕਹਿੰਦੇ ਕਿ ਮਤਲਬ ਕਿ 5ਵੀਂ ਤੱਕ ਤਾਂ ਤਾਲੀਮ ਹਾਸਲ ਕੀਤੀ ਹੈ ਮਾਸ਼ਾਅੱਲਾ ਜੀ, ਬਹੁਤ ਖੂਬਸੂਰਤ ਮਾਹੌਲ ਹੈ ਯਾਰ। ਸੁਬਾਹ ਸੁਬਾਹ ਤੂੰ ਨਿੱਕੇ ਨਾਲ ਕਿਉਂ ਲੜਿਆ ਖੜਾ ਹੋਵੇ, ਛੋਟੇ ਨਾਲ? ਕਿਹੜੇ ਨਾਲ? ਛੋਟੇ ਨਾਲ। ਇਹਦੇ ਮਾਸ਼ਾਅੱਲਾ ਦੁਕਾਨਾਂ ਵਗੈਰਾ ਬਣ ਗਿਆ ਨਾ ਸਾਡੇ ਇਲਾਕੇ 'ਚ। ਕਿਹੜਾ ਇਲਾਕਾ? ਉਹ ਆਖੇ ਮੇਰੇ ਕੋਲ ਪੈਸੇ ਦੇ, ਮੇਰੇ ਕੋਲ ਪੈਸੇ ਦੇ, ਮੈਂ ਕਿਹਾ ਪੈਸੇ ਕਿੱਥੋਂ ਦੇਵਾਂ, ਖਿਆਲ ਕਰੀ ਬਾਈ ਯਾਰ। ਵੈਲਕਮ ਬੈਕ ਵਿਵਰਸ, ਪਹੁੰਚੇ ਜੀ ਮਾਸ਼ਾਅੱਲਾ ਜੀ ਨਲਕੇ ਤੇ। ਆਵਨ ਸਾਈਂ ਪਾਣੀ ਹੁਣ ਮੈਂ ਭਰਾਂ, ਤੂੰ ਭਰੇ ਸੀ ਨਾ, ਮੈਂ ਵਲੌਗ ਸ਼ੂਟ ਕਰ ਸਾਂ। ਤੂੰ ਤਾਂ ਦੂਲਾ ਹੈ ਨਾ, ਦੂਲੇ ਦੀ ਇੱਜ਼ਤ ਹੈ ਕਿ ਦੂਲਾ ਵਿਆਹ ਕੋਈ ਕੰਮ ਕਰੇ ਜਾਂ ਨਾ ਕਰੇ, ਪਾਣੀ ਲਾਜ਼ਮੀ ਭਰੇ, ਕਿਉਂਕਿ ਪਾਣੀ ਹੁੰਦਾ ਠੰਡਾ। ਜਾ ਤੂੰ ਆਏ ਤੂੰ ਅਗਲੇ ਭਰੀ ਯਾਰ, ਤਾਂ ਪਹਿਲੇ ਵੀ ਵਾਰ ਮੋਟਰ ਤੋਂ ਉੱਤੇ ਖੜਾ ਤੇ, ਮਾਸ਼ਾਅੱਲਾ ਠੰਡਾ ਠੰਡਾ ਇੱਥੋਂ ਨਾਲ ਪਾਣੀ ਭਰ ਜਾਂਦੇ ਆ, ਸਾਫ਼ ਸੁਥਰਾ ਪਾਣੀ ਹੈ, ਜੁਲ ਕੇ ਘਰ ਪੀਏ ਸੂੰ। ਸ਼ਾਮ ਤੋਂ ਸਾਡੇ ਇਲਾਕੇ ਸ਼ਾਦੀ, ਉਹ ਸਾਹਮਣੇ ਤਿੰਨ ਨਜ਼ਰ ਸਾਫ ਸੁਥਰਾ ਕੀ ਸੀਗਾ, ਸਾਫ ਕੀਤਾ ਕਰਨਾ ਪਹਿਲੇ ਇੱਥੋਂ ਨਾਲ। ਤਵੀ ਮੈਂ ਤੁਹਾਨੂੰ ਦੱਸਣ ਲੱਗ ਪਿਆ, ਸਾਡੇ ਇਲਾਕੇ ਚ ਨਾ ਸ਼ਾਦੀ ਸ਼ੁਰੂ ਠੀਕ ਹੈ, ਸ਼ਾਦੀਆਂ ਬਹੁਤ ਜ਼ਿਆਦਾ ਹਨ, 8 ਤੋਂ 9 ਸ਼ਾਦੀਆਂ, ਊਂ 8-9 ਸ਼ਾਦੀਆਂ ਤੋਂ ਬਾਅਦ ਈਦ ਆਵੇ ਸੀ, ਈਦ ਦੇ 3 ਛੁੱਟੀਆਂ ਤੋਂ ਬਾਅਦ ਭਾਈ ਉਹ ਇਮਰਾਨ ਦੀ ਸ਼ਾਦੀ ਆਵੇ ਸੀ, ਉਹਦਾ ਵੀ ਦਾਵਤ ਵਾਲੀ ਮਾਂ ਉਸੇ ਬਹੁਤ ਮਜ਼ਾ ਆਉਂਦਾ ਇਨਸ਼ਾ ਤਾਲਾ। ਬਾਕੀ ਵੀਡੀਓ ਸ਼ੂਟ ਹੋਣ ਤੋਂ ਬਾਅਦ ਸਾਰੇ ਚੈਨਲ ਕੋਲ ਜ਼ਰੂਰ ਸਬਸਕ੍ਰਾਈਬ ਮਾਰੋ, ਲਾਸ਼ ਮੇਰਾ ਦੱਸ ਵੀਡੀਓ। ਵੈਲਕਮ ਬੈਕ ਵਿਵਰਸ, ਮੈਂ ਘਰ ਵਾਪਸ ਆਇਆ, ਪਾਣੀ ਵਗੈਰਾ ਭਰ ਕੇ ਆਇਆ। ਤਾਂ ਇਹ ਨਾ ਕੱਲ ਅਬੂ ਹੁਣੀ ਸਮਾਨ ਗਿਆ ਅਤੇ ਦੂ ਪਹਿਲੇ ਮਤਲਬ ਕਿ ਇਹ ਨਾ ਇਹ ਫਾਇਰ ਇਨ ਜਿਹੜਾ ਮਤਲਬ ਕਿ ਉੱਤੇ ਵਹਿੰਦੇ ਆਸਮਾਨ ਦੇ ਉੱਤੇ ਵਹਿੰਦੇ ਅਤੇ ਰਾਤ ਕੋ ਆਤਿਸ਼ਬਾਜ਼ੀ ਥੀਂਦੀ ਹੈ ਅਤੇ ਬਹੁਤ ਖੂਬਸੂਰਤ ਮਾਹੌਲ ਬਣ ਵੈਂਦੇ। ਅਤੇ ਦੂ ਇਹ ਡੰਡੇ ਪਿੰਨ, ਬਾਕੀ ਇਹਦੇ ਵਿੱਚ ਪਤਾ ਨਹੀਂ ਕਿਆ ਸਮਾਨ ਹੈ, ਮੈਂ ਕਹਿ ਦਿੱਤਾ, ਮੈਂ ਕਿਹਾ ਆਪਣੇ ਵਿਵਰਸ ਕੋ ਵੀ ਦਿਖਾਉਂਦਾ ਅਤੇ ਮੈਂ ਖੁਦ ਵੀ ਦੇ ਦਾਂ।
ਇਹਦੇ ਵਿੱਚ ਪਤਾ ਨਹੀਂ ਕਿਆ ਹੈ, ਜਾਂ ਇਹਦੇ ਵਿੱਚ ਹੋ ਸਕਣ ਕੋਈ ਪਟਾਕੇ ਵਗੈਰਾ, ਹੋ ਸਕਣ ਸ਼ੋ ਵਾਸਤੇ ਕੋਈ ਬੰਬ ਵਗੈਰਾ ਹੋ ਸਕਣ। ਬਾਕੀ ਮੇਰੀ ਗੱਲ ਬਿਲਕੁਲ ਠੀਕ ਹੈ। ਇਹ ਦੇਖੋ ਨਾ, ਇਹ ਮਤਲਬ ਕਿ ਫੁਹਾਰਾ ਹੈ, ਅਤੇ ਇਹਦੇ ਕਿਆ ਹੈ ਡੱਬੇ 'ਚ ਇੰਜਾ ਅਨਬੋਕਸਿੰਗ ਕਰ ਦਿੰਦੇ ਹਾਂ। ਇਹ ਦੇਖੋ ਨਾ, ਇਹ ਬੰਬ ਵਗੈਰਾ ਹੈ, ਤਾਂ ਇਹ ਸਮਾਨ ਬਿਲਕੁਲ ਥੋੜ੍ਹਾ, ਤਾਂ ਕੱਲ੍ਹ ਤੱਕ ਇਨਸ਼ਾਅੱਲਾ ਪਲੈਨ ਬਣੇ ਨੇ ਬਈ, ਉਹਨੇ ਤਾਂ ਹੁਣ ਪੈਸੇ ਵੀ ਗਿਣਨਾ, ਅਤੇ ਵਿਆਹ ਵੀ ਸਮਾਨ ਢੇਰ ਸਾਰਾ ਗਿਣਾ ਮੈਂ, ਕਿਉਂਕਿ ਬਿਲਕੁਲ ਥੋੜ੍ਹਾ ਹੈ। ਤਾਂ ਬਰਾਤ ਵਾਲੇ ਦਿਨ ਇਨਸ਼ਾਅੱਲਾ ਤਾਲਾ ਬਹੁ ਜ਼ਬਰਦਸਤ ਪ੍ਰੋਟੋਕੋਲ ਬਣੇ ਸੂ, ਬਹੁ ਜ਼ਬਰਦਸਤ ਸ਼ੋਅ ਬਣੇ ਸੂ, ਤਾਂ ਇਹ ਸਮਾਨ ਬਿਲਕੁਲ ਥੋੜ੍ਹਾ ਹੈ। ਤਾਂ ਇਹ ਜਿਹੜਾ ਨਾ ਮੈਂ ਗਿਣਮ ਤਾਂ ਇਨਸ਼ਾਅੱਲਾ ਡੱਬੇ ਵਾਲਾ, ਇੱਕ ਬਹੁ ਵੱਡਾ ਡੱਬਾ ਹੋ ਸੇ, ਉਹਦੇ ਵਿੱਚ 24 ਵਾਲਾ ਹੋ ਸੇ, ਇੱਕ 16 ਵਾਲਾ ਪਟਾਕਾ ਹੋ ਸੇ, ਅਤੇ ਉੱਤੇ ਬਣ ਕੇ ਫਟ ਸੇ ਬਹੁ ਮਜ਼ੇਦਾਰ ਮਾਹੌਲ ਬਣ ਸੇ। ਤਾਂ ਫਿਲਹਾਲ ਇੰਕੂ ਰੱਖ ਦਿੰਦੇ ਹਾਂ, ਅਤੇ ਤੁਹਾਨੂੰ ਜੋ ਕਿ ਬਾਈ ਹੋਣੀ ਦਾ ਨਾ ਬੈੱਡ ਦਿਖੇ ਨਾ, ਕੱਲ ਬਾਬੂ ਹੋਣੀ ਨਾ ਇੱਕ ਨਵਾਂ ਬੈੱਡ ਗਿਣਤੇ ਆਏ ਬਾਈ ਹੋਣੀ ਵਾਸਤੇ, ਉਹ ਜੋ ਕਿ ਤੁਹਾਨੂੰ ਦਿਖੇ ਨਾ। ਵੈਲਕਮ ਬੈਕ ਵਿਵਰਸ, ਇਹ ਆ ਚੁੱਕੇ ਮਾਸ਼ਾਅੱਲਾ ਬਾਈ ਹੋਣੀ ਦਾ ਰੂਮ ਹੈ, ਬਹੁਤ ਖੂਬਸੂਰਤ। ਹਾਲੀ ਤੱਕ ਇੰਕੂ ਸਜਾਇਆ ਵਗੈਰਾ ਕਹਿੰਦੇ, ਤਾਂ ਇਨਸ਼ਾਅੱਲਾ ਤਾਲਾ ਸਜੇ ਸੂੰ, 2-3 ਦਿਨ ਪਹਿਲੇ ਸਜਾ ਦੇ ਸੂੰ, ਬਲਾ ਤੁਹਾਨੂੰ ਇਨਸ਼ਾਅੱਲਾ ਇਹਦਾ ਮਾਹੌਲ ਫੁੱਲ ਪ੍ਰੋਟੋਕੋਲ ਨਾਲ ਤੁਹਾਨੂੰ ਦਿਖੇ ਸਾਂ ਵੀ ਸੀ, ਆਪਣਾ ਵਲੋਗ ਵੀ ਬਣੇ ਸਾਂ। ਤਾਂ ਇਹ ਅੱਬੂ ਹੋਣੀ ਮਾਸ਼ਾਅੱਲਾ ਗਹਿਣੇ ਬਾਈ ਹੋਣੀ ਵਾਸਤੇ, ਇਹ ਦੇਖੋ ਨਾ ਬਿਲਕੁਲ ਨਵਾਂ। ਅਤੇ ਕੱਲ੍ਹ ਚਾਹੇ ਮੈਂ ਇਹਦਾ ਵਲੋਗ ਕਹਿੰਦੇ ਸ਼ੂਟ ਕਰ ਸਕਿਆ, ਤਾਂ ਬਾਈ ਹੋਣੀ ਰਾਤ ਮੈਂ ਕਹਦੇ ਪੈਣ ਕਿ ਯਾਰ ਵਲੋਗ ਤੂੰ ਸ਼ੂਟ ਕਰੀ ਆ, ਕਿਉਂਕਿ ਇਹ ਸ਼ਾਦੀ ਗੁਜ਼ਰ ਵੈਸੇ, ਤਾਂ ਬਲਾ ਤੁਹਾਨੂੰ ਨਾ ਇਹ ਯਾਦ ਹਮਸੇ ਆਪਾਂ ਯਾਦ ਕਰੇ ਸੂੰ, ਅਤੇ ਵਲੋਗ ਸ਼ੂਟ ਥੇ ਪਿਓ ਸਨ, ਤਾਂ ਆਪਾਂ ਰੋਜ਼ ਦਾ ਨਾ ਇੱਕ ਇੱਕ ਵਲੋਗ ਦੇਖ ਸੂੰ। ਮਾਸ਼ਾਅੱਲਾ ਤੁਸੀਂ ਦੇਖੋ ਬਹੁਤ ਜ਼ਬਰਦਸਤ ਹੈ, ਅਤੇ ਅੱਬੂ ਹੋਣੀ ਮਾਸ਼ਾਅੱਲਾ ਪੱਖੇ ਕੂਲਰ ਦੇ ਅੱਗੋਂ ਬੈਠੇ, ਬਹੁਤ ਠੰਡਾ ਅਸਾਂ ਗਹਿਣੇ ਹਾਂ, ਬਹੁਤ ਜ਼ਬਰਦਸਤ ਇਹਦੇ ਨਾ ਠੰਡੀ ਹਵਾ ਦੇਣਾ ਪਏ, ਇਹਦੇ ਮਾਸ਼ਾਅੱਲਾ ਪਾਣੀ ਵੀ ਚੱਲਦਾ ਪਏ ਬਹੁਤ ਜ਼ਬਰਦਸਤ। ਅਸਲਾਮ ਵਾਲੇਕੁਮ ਅੱਬੂ ਜੀ, ਕਿਆ ਹਾਲ ਹੈ? ਠੀਕ ਹੋ? ਤਬੀਅਤ ਠੀਕ ਹੈ ਅੱਬੂ ਜੀ? ਇਹ ਮਤਲਬ ਕਿ ਬੈਡਰੂਮ ਕਿੰਨੇ ਦਾ ਆ ਗਏ? 65,000 ਦਾ। ਕਿੰਨੇ ਦਾ? 65,000 ਦਾ। 65,000 ਦਾ ਮਾਸ਼ਾਅੱਲਾ ਸਾਰਾ ਮਤਲਬ ਕਿ ਸਟੀਲ ਹੈ ਜਿਵੇਂ? ਯੈਸ, ਸਟੀਲ ਦਾ ਮਾਸ਼ਾਅੱਲਾ ਵਿਊਰ ਬਣਿਆ ਹੋਇਆ, ਤੂੰ ਬਹੁਤ ਖੂਬਸੂਰਤ ਹੈ। ਅਗਰ ਇੱਕ ਸਫਾਈ ਕਰਨੀ ਪਵੇ ਨਾ, ਤੁਸੀਂ ਕੱਪੜਾ ਗਿਣ ਕੇ ਗਿੱਲਾ ਕਰਕੇ ਸਮਰੇ ਸੋ, ਇਨਸ਼ਾਅੱਲਾ ਤਾਲਾ ਇਹ ਚਮਕ ਮਾਰਮ ਸੇ ਬਹੁਤ ਜ਼ਬਰਦਸਤ ਖੂਬਸੂਰਤ ਹੈ। ਦੇਖੋ ਨਾ, ਮੈਂ ਕਿਹਾ ਆਪਣੇ ਵਿਊਰਸ ਨਾਲ ਇਹ ਜ਼ਰੂਰ ਸ਼ੇਅਰ ਕਰਾਂ। ਬਾਕੀ ਤੁਸੀਂ ਕੋਮੈਂਟ ਕਰਕੇ ਲਾਜ਼ਮ ਦੱਸਾਉਣਾ ਹੈ ਬੈਡਰੂਮ ਕਿਵੇਂ ਖੂਬਸੂਰਤ ਹੈ ਜਾਂ ਕਹਿ ਨਹੀਂ। ਅੱਜ ਵਿਊਰ ਗਰਮੀ ਬਹੁਤ ਜ਼ਿਆਦਾ ਹੈ ਮੇਰੇ ਖਿਆਲ ਵਿੱਚ, ਨਾ ਕੋਈ ਯਾਰ ਕਿਤਨਾ ਪਰਸੈਂਟੇਜ ਦੇ ਸਾਂ, 47 ਤਾਂ ਹੋ ਸਕੇ। ਇਤਨੀ ਗਰਮੀ ਹੈ ਨਾ, ਸ਼ਦੀਦ ਗਰਮੀ ਹੈ ਜਿਹਨੇ ਕੋਈ ਹੱਦ ਕਹਿਣੀ। ਇਹ ਦੇਖ ਟੋਪੀ ਮੈਨ ਬਣਿਆ ਦੇਖ, ਵਧਾ ਕਿਆ ਥੇ ਉਹਦਾ? ਅੱਛਾ ਤੂੰ ਕੱਲ੍ਹ ਪਾਇਆ ਬਾਈ ਹੁਣ ਤੂੰ ਪੈਸੇ ਮੰਗਦਾ ਪਿਆ ਵੇ, ਉਹ ਆਤਿਸ਼ਬਾਜ਼ੀ ਜਿਹੜਾ ਸਮਾਨ ਹੈ ਨਾ, ਉਹ ਤਾਂ ਬਹੁ ਥੋੜ੍ਹਾ ਨਹੀਂ ਸਮਾਨ ਜਿਹੜਾ ਹੈ। ਇਹ ਵਾਲ ਤੇਰੇ ਕਟਵਾ ਗਏ ਨਾ, ਇਹ ਦੇਖ ਨਾ ਵਾਲ ਤੇ ਇਤਨੇ ਇਤਨੇ ਵੱਡੇ ਵਾਲ ਥੇ ਉਹਦੇ ਨੇ। ਛੋਟੇ ਕਰਵਾ ਯਾਰ, ਇਹ ਵੱਡੇ ਵੱਡੇ ਬੁਰੇ ਲੱਗਦੇ ਨੇ ਨਾ, ਇਹ ਸਹੀ ਕਹਿਣ ਲੱਗਦੇ, ਬਹੁ ਵੱਡੇ ਵੱਡੇ ਵਾਲ ਰੱਖੀ ਪਏ, ਉਡੇ ਗਰਮੀ ਬਹੁ ਜ਼ਿਆਦਾ ਹੈ। ਤਾਂ ਪਹਿਲੀ ਵਿਵਸ ਬਾਈ ਹੁਣੀ ਆ ਚੁੱਕੇ ਨੇ। ਅੱਛਾ ਯਾਰ, ਇਹ ਕਿਆ ਹੈ ਸਮਾਨ ਜਿਹੜਾ ਗਹਿਣਾ ਹੈ ਨਾ, ਆਤਿਸ਼ਬਾਜ਼ੀ ਵਾਲਾ ਕੌਣ ਗਹਿਣਾ ਹੈ? ਇਹ ਅੱਬੂ ਹੋਣਾ ਗਹਿਣਾ ਨੀ ਯਾਰ, ਅੱਬੂ ਗਹਿਣਾ ਹੈ। ਇਹ ਤਾਂ ਬਿਲਕੁਲ ਥੋੜ੍ਹਾ ਨਹੀਂ ਹੈ, ਡੂ ਫਟਾਕੇ ਨੇ ਅਤੇ ਛੋਟੇ ਜਿਹੇ 4-5 ਬੰਬ ਨੇ। ਇਹ ਕਿਆ ਹੈ ਇਤਨੀ ਮਤਲਬ ਹਲਕੀ ਜਿਹੀ ਆਤਿਸ਼ਬਾਜ਼ੀ ਤੇਰੀ ਕਰੂੰ ਬਰਾਤ ਵਾਲੇ ਦਿਨ? ਸ਼ਾਦੀ 'ਚ ਨਹੀਂ ਪਹਿਲਾਂ ਬੰਦਾ, ਚੋਲਿਸਤਾਨ ਦੇ ਯੂਟਿਊਬਰ ਹੈ ਤੂੰ? ਯੂਟਿਊਬਰ ਹੈ ਯਾਰ, ਤੁਸਾਂ ਗਿਣੋ ਵਾਲਾ, ਮੈਂ ਕਿਵੇਂ ਗਿਣਾ? ਮੇਰੇ ਤਾਂ ਗੰਠ ਪੈਸੇ ਦੇ ਨਾ, ਕੁਛ ਆਰਾ ਨੇ ਦੇ, ਮੈਂ ਕੋਲ ਕਿੱਥੋਂ ਆਏ? ਕਟਵਾ ਗਏ ਯਾਰ, ਉਹਦੇ ਵੰਦ ਕਟਵਾ ਗਏ, ਹੁਣ ਮੇਰੇ ਕੋਲ ਇੱਥੇ ਪਿਓ ਸੰਜੇਬੇ ਦੇ ਵਿੱਚ। ਬਾਈ ਮੈਂ ਤੁਹਾਨੂੰ ਕਹਿੰਦਾ ਪਿਆ, ਚੋਲਿਸਤਾਨ ਦੀ ਜਿਹੜੀ ਮਹਿੰਗੀ ਤਰੀਨ ਆਤਿਸ਼ਬਾਜ਼ੀ ਅੱਜ ਤੱਕ ਕਹਿੰਦੀ ਥੀ, ਉਸੇ ਰਾਤ ਦੀ ਬਰਾਤ ਹੁੰਦੀ ਆਪਣੇ ਚੋਲਿਸਤਾਨੇ ਦੀ, ਮਹਿੰਗੀ ਤਰੀਨ ਆਤਿਸ਼ਬਾਜ਼ੀ ਮੈਂ ਤੇਰੀ ਕਰਨ ਦਾ ਪਿਆ, ਠੀਕ ਹੈ ਨਾ? ਅਤੇ 25,000 ਤੂੰ ਮੇਰੇ ਕੋਲ ਦੇ ਸੀ, ਬਾਕੀ 50,000 ਇਨਸ਼ਾਅੱਲਾ ਮੈਂ ਐਡ ਕਰ ਸਕਦਾ। 25,000 ਯਾਰ, ਇਤਨੀ ਮਹਿੰਗੀ ਆਤਿਸ਼ਬਾਜ਼ੀ ਕਹਿ ਨਹੀਂ ਸਕਦੀ। ਇੱਕ ਇੱਕ ਫਟਾਕੇ ਜਿਹੜੇ ਵੱਡਾ ਆਉਂਦੇ ਉਹ 2500 ਦਾ ਮਿਲਦਾ ਪਿਆ, ਜਿਹੜਾ ਉੱਤੇ ਵੈਂਦੇ। ਕਿਤਨੇ ਆ ਲਾਇਓ? 2500 ਦਾ ਇੱਕ ਹੈ, ਕਮ ਅਜ਼ ਕਮ ਉਹ ਜੇ 20 ਤਾਂ ਹੋਵੇ, 20-22 ਤਾਂ ਹੋਵੇ, ਜਿੱਥਾ ਪੂਜੂ ਪਤਾ ਤਾਂ ਲੱਗੇ ਨਾ ਬਰਾਤ ਆਈ ਹੈ, ਯੂਟਿਊਬਰ ਇਮਰਾਨ ਸ਼ੇਖ ਦੀ ਸਹੀ ਬਰਾਤ ਆਈ ਹੈ। ਚਲੋ ਠੀਕ ਹੈ, 25,000 ਕਢਵਾ ਕੇ ਨਹੀਂ, ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਇਹ ਤਾਂ ਬਿਲਕੁਲ ਥੋੜੇ ਨੇ ਅੱਬੂ ਹੁਣੀ ਡੂਗੇ ਨੇ, ਉਹ ਅੱਬੂ ਹੁਣੀ ਮਤਲਬ ਕਿ ਜ਼ਿਆਦਾ ਆ ਕੇ ਖਰਚਾ ਜ਼ਿਆਦਾ ਨਾ ਕਰੋ, ਅੱਬੂ ਹੁਣੀ ਆਦੇ ਬਣ ਕੇ ਖਰਚਾ ਜ਼ਿਆਦਾ ਨਾ ਕਰੋ। ਲੇਕਿਨ ਇੱਕ ਗੱਲ, ਸ਼ਾਦੀ ਇੱਕ ਵਾਰ ਥੀਂਦੀ ਹੈ, ਦੂ ਵਾਰੀ ਕਹਿੰਦੀ ਥੀਂਦੀ,
ਇਸ ਵਾਸਤੇ ਬਾਈ ਹੁਣੀ ਦੀ ਸ਼ਾਦੀ ਮੇਰੀ ਸ਼ਾਦੀ ਫਿਲਹਾਲ ਨਹੀਂ ਥੀਂਦੀ ਪਈ ਤਾਂ ਇਨਸ਼ਾਅੱਲਾ ਆਤਿਸ਼ਬਾਜ਼ੀ ਫੁੱਲ ਪ੍ਰੋਟੋਕੋਲ ਨਾਲ ਕਰੇ ਸੂੰ। ਕਿਆ ਪਾਣੀ ਸੱਟੇ ਨਹੀਂ? ਚਲੋ ਮੈਂ ਚਲਵੇ ਨਾ ਰੋਟਰ ਚਲਵਾ ਦੇਣਾ।